ਸੂਬੇ ਦੇ ਵਿੱਚ ਦਸਤਾਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੀ ਹਾਂ, ਸਰਕਾਰੀ ਅਧਿਕਾਰੀਆਂ ਦੇ ਧਾਰਮਿਕ ਚਿੰਨ੍ਹ ਪਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਕਿਊਬੈਕ ਸੂਬੇ ਦੇ ਬਿੱਲ 21 ਦੇ ਮੁਤਾਬਕ ਇਹ ਕਾਰਵਾਈ ਹੋਈ ਹੈ। ਕਹਿ ਲਈਏ ਕਿ ਪਾਬੰਦੀ ਲਗਾਈ ਗਈ ਹੈ ਤਾਂ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਜਿਹੜੇ ਨੇ ਉਹ ਆਪਣਾ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਣਗੇ। ਟੀਚਰ, ਪੁਲਿਸ ਅਧਿਕਾਰੀ, ਵਕੀਲ ਅਤੇ ਹੋਰ ਅਧਿਕਾਰੀ ਆਪਣਾ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਣਗੇ। ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਦੱਸਦੇ ਕਿ ਬਿੱਲ 21 ਦਾ ਵਿਰੋਧ ਕੀਤਾ ਗਿਆ ਹੈ ਔਰ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਪੱਖਪਾਤੀ ਕਾਨੂੰਨ, ਉਹਨਾਂ ਦਾ ਕਹਿਣਾ ਸੰਵਿਧਾਨਿਕ ਅਧਿਕਾਰ ਤੇ ਧਾਰਮਿਕ ਆਜ਼ਾਦੀ ਖੋਣ ਵਾਲਾ ਹੈ। ਦੱਸਣਯੋਗ ਹੈ ਕਿ ਧਰਮ ਨਿਰਪੱਖਤਾ ਦੀ ਆੜ ਦੇ ਹੇਠ ਕਿਊਬੈਕ ਸੂਬੇ ਦੇ ਦਾ ਜਿਹੜਾ ਬਿੱਲ 21 ਹੈ, ਜਨਤਕ ਖੇਤਰ ਦੇ ਕਰਮਚਾਰੀ ਨੂੰ ਆਪਣੇ ਧਾਰਮਿਕ ਚਿੰਨ੍ਹ ਜਿਵੇਂ ਕਿ ਮੁਸਲਮਾਨਾਂ ਦੇ ਲਈ ਹੈਡਸਕਾਫ, ਸਿੱਖਾਂ ਦੇ ਲਈ ਦਸਤਾਰ, ਯਹੂਦੀਆਂ ਦੇ ਲਈ ਯਾਰ ਮੁਲਕੇ ਅਤੇ ਈਸਾਈਆਂ ਨੂੰ ਕ੍ਰੋਸ ਪਹਿਨਣ ਤੋਂ ਰੋਕਦਾ ਹੈ। ਯਾਨੀ ਕਿ ਸਿਰਫ ਅਜਿਹਾ ਨਹੀਂ ਹੈ ਕਿ ਦਸਤਾਰ ਸਿੱਖ ਨਹੀਂ ਪਾ ਸਕਣਗੇ, ਬਲਕਿ ਜਿਹੜੇ ਬਾਕੀ ਧਰਮਾਂ ਦੇ ਜਿਹੜੇ ਅਧਿਕਾਰੀ ਸੀ, ਨਿਰਅਧਿਕਾਰੀ ਨੇ, ਕਰਮਚਾਰੀ ਨੇ, ਉਹਨਾਂ ਨੂੰ ਵੀ ਰੋਕ ਦਿੱਤਾ ਗਿਆ। ਉਹ ਬੇਸ਼ੱਕ ਉਹ ਕਿਸੇ ਵੀ ਹੋਰ ਧਰਮ ਤੋਂ ਜਿਹੜਾ ਤਾਲੁਕ ਰੱਖਦੇ ਨੇ, ਈਸਾਈ ਹੋਣ, ਯਹੂਦੀ ਹੋਣ, ਮੁਸਲਮਾਨ ਹੋਣ, ਤਾਂ ਸਭ ਦੇ ਲਈ ਇਹ ਬਿੱਲ 21 ਦੇ ਤਹਿਤ ਇਹ ਕਾਰਵਾਈ ਹੋਈ ਹੈ। ਪਰ ਆਪਣੇ ਆਪ ਦੇ ਵਿੱਚ ਸਵਾਲ ਵੱਡਾ ਹੈ। ਜੇਕਰ ਕੈਨੇਡਾ ਦਾ ਅਸੀਂ ਜ਼ਿਕਰ ਕਰਦੇ ਹਾਂ ਤਾਂ ਕੈਨੇਡਾ ਨੂੰ ਮਿੰਨੀ ਪੰਜਾਬ ਕਿਹਾ ਜਾਂਦਾ ਹੈ। ਕੈਨੇਡਾ ਦੇ ਵਿੱਚ ਬਹੁਤ ਵੱਡੀ ਆਬਾਦੀ ਹੈ ਪੰਜਾਬੀਆਂ ਦੀ, ਭਾਰਤੀਆਂ ਦੀ, ਔਰ ਖਾਸ ਤੌਰ 'ਤੇ ਸਿੱਖਾਂ ਦੀ ਅਸੀਂ ਕਹਿ ਲਈਏ ਤਾਂ। ਇਸ ਦੇ ਚੱਲਦੇ ਖਾਸ ਤੌਰ 'ਤੇ ਹੁਣ ਜੇਕਰ ਗੱਲ ਕੀਤੀ ਜਾਵੇ, ਜਿਸ ਤਰੀਕੇ ਦੇ ਨਾਲ ਟਰੂਡੋ ਸਰਕਾਰ ਤੋਂ ਜਿਹੜਾ ਹੈ ਉਹ ਸਮਰਥਨ ਖੋਇਆ ਗਿਆ ਔਰ NDP ਦੇ ਵੱਲੋਂ, ਤਾਂ ਅਜਿਹੇ ਦੇ ਵਿੱਚ ਇੱਕ ਵੱਖਰੇ ਤੌਰ 'ਤੇ ਹੁਣ ਮਸਲਾ ਸਾਹਮਣੇ ਆ ਰਿਹਾ ਹੈ। ਗੁਰਚਰਨ ਸਿੰਘ ਗਰੇਵਾਲ ਸਾਡੇ ਨਾਲ ਫੋਨ ਲਾਈਨ 'ਤੇ ਨੇ, SGPC ਮੈਂਬਰ ਨੇ। ਗੁਰਚਰਨ ਸਿੰਘ ਜੀ, ਕਿਸ ਤਰੀਕੇ ਦੇ ਨਾਲ ਇਸ ਸਾਰੇ ਮਾਮਲੇ ਨੂੰ ਦੇਖਿਆ ਜਾਏ, ਕਿਉਂਕਿ ਬਿੱਲ 21 ਦੇ ਮੁਤਾਬਕ ਇੱਕ ਪਾਬੰਦੀ ਲਾ ਦਿੱਤੀ ਗਈ ਹੈ ਧਾਰਮਿਕ ਚਿੰਨ੍ਹਾਂ 'ਤੇ, ਉਸਦੇ ਵਿੱਚ ਦਸਤਾਰ ਵੀ ਹੈ ਕਿ ਸੀਨੀਅਰ ਅਧਿਕਾਰੀ ਜਿਹੜੇ ਕਰਮਚਾਰੀ ਉਹ ਦਸਤਾਰ ਨਹੀਂ ਪਾ ਸਕਦੇ। ਮਾਮਲਾ ਵੱਡਾ ਹੈ ਕਿਉਂਕਿ ਬਾਕੀ ਧਰਮਾਂ ਨੂੰ ਲੈ ਕੇ ਵੀ ਵਿੱਚ ਹੀ ਸਾਰੀ ਪਾਬੰਦੀ ਲਗਾਈ ਗਈ ਹੈ। ਦੇਖੋ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਦੇ ਵਿੱਚ ਜਿਹੜਾ ਕਿਊਬਿਕ ਸਟੇਟ ਹੈ, ਉਹ ਕਿਊਬਿਕ ਕੈਨੇਡਾ ਦੇ ਅੰਦਰ ਜਿੰਨੀਆਂ ਸਟੇਟਾਂ, ਉਹਨਾਂ ਨੂੰ ਵੱਧ ਅਧਿਕਾਰ ਨੇ, ਉਹ ਆਪਣੇ ਤੌਰ 'ਤੇ ਬਹੁਤ ਸਾਰੇ ਫੈਸਲੇ ਲੈਂਦੇ ਨੇ ਅਤੇ ਉਹਨਾਂ ਨੇ ਧਾਰਮਿਕ ਤੌਰ 'ਤੇ ਕੋਈ ਵੀ ਚਿੰਨ੍ਹ ਪਹਿਨਣ ਤੋਂ ਜਿਹੜੀ ਆ, ਕੋਈ ਵੀ ਕਿਸੇ, ਤੁਸੀਂ ਜਿਵੇਂ ਜ਼ਿਕਰ ਕੀਤਾ, ਚਾਹੇ ਮੁਸਲਮਾਨ ਹੈ, ਚਾਹੇ ਯਹੂਦੀ ਹੈ, ਚਾਹੇ ਕ੍ਰਿਸਚਨ ਹੈ, ਚਾਹੇ ਸਿੱਖ ਹੈ, ਅਤੇ ਉਹਨਾਂ ਨੇ ਇਹ ਜਿਹੜਾ ਫੈਸਲਾ ਕੀਤਾ ਵਾ, ਫੈਸਲਾ ਬੇਸਿਕਲੀ ਜਿਹੜਾ ਇਹ ਹਿਊਮਨ ਰਾਈਟਸ ਦੇ ਮਤਲਬ ਕਾਨੂੰਨਾਂ ਦੇ ਉਲਟ ਹੈ। ਕਿਉਂਕਿ ਜਿਹੜਾ ਜਿਹੜਾ ਕ੍ਰੋਸ ਪਹਿਨਣਾ, ਮੈਂ ਨਹੀਂ ਕਹਿੰਦਾ ਕਿ ਕਿਸੇ ਧਰਮ ਦਾ ਜਿਹੜਾ ਕੋਈ ਆਪਣੀ ਆਸਥਾ ਰੱਖਦਾ ਵਾ ਉਹਦਾ ਚਿੰਨ੍ਹ ਪਹਿਨੇ ਜਾਂ ਨਾ ਪਹਿਨੇ, ਪਰ ਜਿਹੜੀ ਦਸਤਾਰ ਹੈ ਇਹ ਜਿਹੜੇ ਸਿੱਖ ਦੇ ਸਰੀਰ ਦਾ ਹਿੱਸਾ ਹੀ ਆ, ਜਦੋਂ ਜਿਹੜੇ ਪੰਜ ਕਕਾਰ ਆ, ਕਿਉਂਕਿ ਇਹਨੂੰ ਜਦੋਂ ਅਸੀਂ ਡਿਫਾਈਨ ਕਰਾਂਗੇ ਤਾਂ ਸਾਡਾ ਜਿਹੜਾ ਅਕਾਲ ਤਖ਼ਤ ਸਾਹਿਬ ਵੱਲੋਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੈਨੇਡਾ ਦੀਆਂ ਸੰਸਥਾਵਾਂ ਦੇ ਨਾਲ ਚੱਲ ਰਿਹਾ, ਉੱਥੇ ਵੀ ਇਸਦੀ ਮੂਵਮੈਂਟ ਸ਼ੁਰੂ ਹੋ ਰਹੀ ਆ। ਤੇ ਅਸੀਂ ਦੇਖ ਰਹੇ ਹਾਂ ਕਿ ਜਿਵੇਂ ਫਰਾਂਸ ਦੇ ਵਿੱਚ ਸਿੱਖਾਂ ਨੇ ਜਿਹੜੀ ਦਸਤਾਰ ਦੀ ਲੜਾਈ ਜਿਹੜੀ ਜਿੱਤੀ ਸੀ, ਤੋ ਇਸ ਤਰ੍ਹਾਂ ਇਸ ਗੱਲ ਨੂੰ ਅਸੀਂ ਲੈ ਕੇ ਜਾਵਾਂਗੇ ਤੇ ਅਸੀਂ ਚਾਹਵਾਂਗੇ ਕਿ ਜਿਹੜੇ ਬਾਹਰ ਵਿਦੇਸ਼ ਕੈਨੇਡਾ 'ਚ ਬੈਠੇ ਖਾਸ ਤੌਰ 'ਤੇ ਜਿਵੇਂ ਸਿੱਖ ਨੇ, ਉਹ ਸੰਸਥਾਵਾਂ ਨੇ, ਉਹ ਕੋਈ ਵੀ ਧੜੇਬੰਦੀ ਜਾਂ ਪਾਰਟੀ ਵਾਈਜ਼ ਤੋਂ ਉੱਪਰ ਉੱਠ ਕੇ ਇਸ ਮਾਮਲੇ ਦੇ ਵਿੱਚ ਅੱਗੇ ਆਉਣ ਤਾਂ ਕਿ ਇਸ ਮੂਵਮੈਂਟ ਖੜੀ ਕਰਨ। ਸੋ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਇਸ ਗੱਲ ਲਈ ਪੂਰਾ ਜਿਹੜਾ ਸਮਰਥਨ ਤਾਂ ਦੇਣਾ ਹੀ ਦੇਣਾ ਤੇ ਇਸਦਾ ਵਿਰੋਧ ਵੀ ਡਟ ਕੇ ਕੀਤਾ ਜਾ ਰਿਹਾ ਤੇ ਅਸੀਂ ਉਹ ਸਾਰਿਆਂ ਦੇ ਨਾਲ ਤਾਲਮੇਲ 'ਚ ਹਾਂ ਕਿ ਇਹਨੂੰ ਇਹਦੀ ਲੜਾਈ ਜਿਹੜੀ ਆ ਕਾਨੂੰਨੀ ਕਿਸ ਤਰ੍ਹਾਂ ਲੜੀ ਜਾ ਸਕਦੀ ਆ ਤੇ ਜਨਤਕ ਜਿਹੜੀ ਆ ਮੁਹਾਜ ਇਕੱਠਾ ਕਰਕੇ ਕਿਸ ਤਰ੍ਹਾਂ ਲੜੀ ਜਾ ਸਕਦੀ ਆ। ਸੋ ਇਹ ਫੈਸਲਾ ਜਿਹੜਾ ਕਿਊਬਿਕ ਸਟੇਟ ਦਾ, ਅਸੀਂ ਇਸ ਫੈਸਲੇ ਦੀ ਡਟ ਕੇ ਨਿੰਦਾ ਕਰਦੇ ਹਾਂ, ਉਹ ਭਾਵੇਂ ਕਿਸੇ ਵੀ ਧਰਮ ਦੇ ਬਾਰੇ ਦੇ ਵਿੱਚ ਆ, ਪਰ ਜਿਹੜੀ ਸਿੱਖਾਂ ਦੀ ਦਸਤਾਰ ਆ, ਇਹ ਦਸਤਾਰ ਦਾ
ਤੇ ਹੋਰ ਜਿਵੇਂ ਚਿੰਨ ਪਹਿਨਣ ਦਾ ਜਿਹੜਾ ਉਹਦਾ ਮਤਲਬ ਜਿਹੜਾ ਵੱਖੋ ਵੱਖਰਾ ਵਾ। ਸੋ ਭਾਵੇਂ ਅਸੀਂ ਕਿਸੇ ਦੇ ਧਾਰਮਿਕ ਚਿੰਨ ਦੀ ਜਾਂ ਕਿਸੇ ਦੇ ਧਾਰਮਿਕ ਆਸਥਾ ਦੀ ਤੁਹੀਨ ਨਹੀਂ ਕਰਦੇ, ਪਰ ਸਿੱਖਾਂ ਦੀ ਦਸਤਾਰ ਜਿਹੜੀ ਆ ਉਹ ਸਿੱਖ ਦੇ ਮਤਲਬ ਸਰੀਰ ਦਾ ਤੇ ਜ਼ਿੰਦਗੀ ਦਾ ਇੱਕ ਹਿੱਸਾ ਵਾ ਜਿਹਨੂੰ ਅਸੀਂ ਵੱਖ ਨਹੀਂ ਕਰ ਸਕਦੇ। ਠੀਕ ਹੈ, ਸ਼ੁਕਰੀਆ ਬਹੁਤ ਬਹੁਤ ਧੰਨਵਾਦ ਹੈ ਜੁੜਨ ਦੇ ਲਈ ਗੁਰਚਰਨ ਸਿੰਘ ਗਰੇਵਾਲ ਜੀ। ਤਾਂ ਕਿਊਬਿਕ ਸੂਬੇ ਦੇ ਵਿੱਚ ਦੱਸ ਦਈਏ ਕਿ ਪਾਬੰਦੀ ਲੱਗੀ ਹੈ ਔਰ ਉੱਥੇ ਸੂਬਿਆਂ ਨੂੰ ਵੱਖਰੇ ਤੌਰ 'ਤੇ ਅਧਿਕਾਰ ਨੇ ਆਪਣੇ ਸੂਬੇ ਦੇ ਵਿੱਚ, ਉਹ ਵੱਖੋ ਵੱਖ ਅਧਿਕਾਰ ਜਿਹੜੇ ਨੇ ਉਹ ਆਪਣੇ ਪੱਧਰ 'ਤੇ ਵਰਤਦੇ ਨੇ, ਪਰ ਅਜੇ ਦੇ ਵਿਚਾਲੇ ਹੁਣ ਇਸ ਨੂੰ ਲੈ ਕੇ ਜਿਹੜੀ ਹੈ ਮੰਗ ਚੁੱਕੀ ਜਾਵੇਗੀ ਕੈਨੇਡਾ ਤੋਂ।